अब देख लो ये मुंडे ना मेरे सामने आए एक लाता इतों निकल के इत साइड तो ये लोग पता नहीं क्या चाहते हैं मन तो समझ नहीं आती इन्ना भारी गाला तो असर ना हो जाता देख ला मुंडा परना बन के आ गया पग पगे बने आया ए कित आ गया इधर जा इधर जा सवेरे सवेरे देखो क्या माहौल बने टाइम 7:30 का होया हले धुप निकली हुई है बदल हुए हुए मीह पै रहे हैं पता नहीं क्या सीन बनी जाता सत श्री अकाल की हाल चाल वेलकम बैक टू अनदर ब्लॉग अज दी ब्लॉग दी आपां करदे शुरुआत ते शुरुआत किद्दां हुई है अज बारिश दे नाल तुसीं देख ही लिया धुप निकली हुई है कल तो कुछ मौसम इदां दा ही बनिया पिया पता नहीं क्या चक्कर हुई जाता है ते आपां ने दुकान खोल ली है समान आपां ने हले कढ़ना बाहर समान अपने कट के रखना हले बाहर तो झाड़ू पोचा करना सारा काम रहा सारे खाने झाड़ने क्योंकि कल मिट्टी बहुत आई है तो सारी साफ सफाई करनी है साफ सफाई करने तो बाद फिर अब चमकौर साहब जाना पैटियां लेके आनी है कुछ समान लेके आना अज गड्डी लेके जावे जब अपन गड्डी मिल गई अभी गड्डी के बच्चे समान लेके आना आपने टाइम हो गया हूँ 12 बज गए आप चले आ चमकौर साहब आप चले अज गड्डी के चले अपने इंडी चमकौर साहब तो अपन एक तो पेमेंट करके आनी है एक तो आप पेमेंट करके आनी है एक अपने समान लेके आना कुछ ਜਿਵੇਂ ਤੇਲ ਤੂਲ ਕੱਲ੍ਹ ਮੈਂ ਗਿਆ ਨਹੀਂ ਤਾਂ ਚਮਕੌਰ ਸਾਹਿਬ ਕਿਉਂਕਿ ਮੀਂਹ ਪੈ ਗਿਆ ਸੀ ਇੱਕ ਤਾਂ ਮੌਸਮ ਸਹੀ ਨਹੀਂ ਤਾ ਇੱਕ ਸਮਾਨ ਜ਼ਿਆਦਾ ਤਾਂ ਕਰਕੇ ਮੇਰੇ ਕੋਲ ਗੱਡੀ ਵੀ ਨਹੀਂ ਸੀ ਮੈਂ ਸੋਚਿਆ ਵੀ ਚਲੋ ਕੱਲ੍ਹ ਨੂੰ ਇਕੱਠੇ ਸਮਾਨ ਲੈ ਆਊਂਗਾ ਵੀ ਕੱਲ੍ਹ ਨੂੰ ਇੱਕ ਦਿਨ ਗੇੜਾ ਮਾਰਿਆ ਦੇ ਆਪਾਂ ਅਤੇ ਅੱਜ ਜਿੰਨਾ ਵੀ ਆਪਣਾ ਕੋਈ ਸਮਾਨ ਖਤਮ ਹੋਇਆ ਹੋਵੇ ਤੇਲ ਘੀ ਘੂ ਹੋ ਗਿਆ ਠੀਕ ਹੈ ਪੈਟੀਆਂ ਵੀ ਲੈ ਕੇ ਆਉਣੀਆਂ ਅੱਜ ਬਾਕੀ ਸਾਰਾ ਸਮਾਨ ਆਪਾਂ ਲੈ ਆਉਣਾ ਅਤੇ ਆਪਾਂ ਜਿਹੜੀ ਪੇਮੈਂਟ ਆਪਣੇ ਕੋਲ ਪਈ ਆ ਉਹ ਵੀ ਆਪਾਂ ਜਮ੍ਹਾਂ ਕਰਾਇਆ ਨਹੀਂ ਅਤੇ ਤਾਂ ਕਿ ਆਪਾਂ ਇੱਕ ਆਰਡਰ ਲਾਉਣਾ ਹੁਣ ਕੁਰਕਰੇ ਨਵੀਨਾ ਵਗੈਰਾ ਇਹਨਾਂ ਚੀਜ਼ਾਂ ਦਾ ਆਰਡਰ ਲਾਉਣਾ ਹੁਣ ਬਿਸਕੁਟ ਵਗੈਰਾ ਦਾ ਥੋੜ੍ਹੇ ਦਿਨ ਤੱਕ ਲਾਉਂਗੇ ਬਸ ਆਲੇ ਸ਼ਨੀਵਾਰ ਐਤਵਾਰ ਸਮਾਨ ਆਊਗਾ ਉਹਦਾ ਅਤੇ ਬਾਕੀ ਚੱਲਦੇ ਹਾਂ ਚਮਕੌਰ ਸਾਹਿਬ ਆਪਾਂ ਕਰਦੇ ਹਾਂ ਗੱਲ ਨਾਲ ਚੱਲਦੇ ਹਾਂ ਇੰਡੀ ਮੁੰਡਾ ਮਾਸੀ ਦਾ ਗਗਨ ਤਾਂ ਇਹ ਗੱਲਾਂ ਸੁਣ ਸੁਣ ਕੇ ਹੱਸਦਾ ਹੈ ਵੀ ਮੁੰਡਾ ਮਾਸੀ ਦਾ ਕਹਿੰਦਾ ਚਲੋ ਜੀ ਦੇਖ ਲਾ ਇਹ ਮੁੰਡੇ ਨਾ ਮੇਰੇ ਸਾਹਮਣੇ ਆਏ ਆ ਇੱਕੋ ਲਾਤਾ ਇੱਥੋਂ ਨਿਕਲ ਕੇ ਇੱਧਰ ਸਾਈਡ ਤੋਂ ਇਹ ਲੋਕ ਪਤਾ ਨਹੀਂ ਕਿਆ ਚਾਹੁੰਦੇ ਆ ਮੈਂ ਤਾਂ ਸਮਝ ਨਹੀਂ ਆਉਂਦੀ ਇੰਨਾ ਭਾਰੀ ਸਮਾਨ ਚੱਕੀ ਫਿਰਦੇ ਆ ਬੈਟਰੀ ਰੱਖੀ ਹੋਈ ਇਹਨਾਂ ਨੇ ਵਿੱਚ ਇੱਕੋ ਲਾਤਾ ਮੇਰੇ ਮੂਹਰੇ ਆ ਗਿਆ ਮੈਂ ਜਦੀ ਕੈਮਰਾ ਆਪਣੇ ਹੱਥ 'ਚ ਤਾਂ ਮੈਂ ਜਦੀ ਔਨ ਕਰ ਲਿਆ ਪਤਾ ਨਹੀਂ ਯਾਰ ਕਿਆ ਕਰਦੇ ਆ ਲੋਕ ਹੁਣ ਦੇਖ ਤੰਦ ਕੱਢਦੇ ਜਾਈ ਜਾਂਦੇ ਆ ਹੁਣ ਆਪਾਂ ਚੱਲੇ ਆ ਪਹਿਲਾਂ ਬੌਬੀ ਅੰਕਲ ਕੋਲ ਬੌਬੀ ਅੰਕਲ ਕੋਲ ਜਾ ਕੇ ਆਪਾਂ ਨੇ ਅੰਡੇ ਲੈਣੇ ਅੰਡੇ ਦੀਆਂ ਟਰੇਆਂ ਲੈਂਦੇ ਆ ਕਿਉਂਕਿ ਅੰਡੇ ਕੱਲ੍ਹ ਨੂੰ ਖਤਮ ਹੋ ਜਾਣੇ ਕੱਲ੍ਹ ਨੂੰ ਫੇਰ ਗੇੜਾ ਮਾਰਨਾ ਪੈਣਾ ਇਹ ਤੋਂ ਚੰਗਾ ਆਪਾਂ ਅੱਜ ਲੈ ਲਈਏ ਚੱਲਦੇ ਹਾਂ ਬਸ ਹੁਣ ਸਾਹਮਣੇ ਦੁਕਾਨ ਆਉਣੇ ਵਾਲੀ ਉਹਨਾਂ ਦੀ ਲਓ ਜੀ ਸਾਹਮਣੇ ਦੁਕਾਨ ਹੈ ਇਹਨਾਂ ਦੀ ਠੀਕ ਹੈ ਬੌਬੀ ਅੰਕਲ ਕੋਲ ਆ ਗਏ ਤੇ ਆਪਾਂ ਨੇ ਅੰਡੇ ਚੱਕ ਲਏ ਆ ਤੇ ਥੋੜ੍ਹਾ ਜਿਹਾ ਆਪਾਂ ਨੇ ਮੁਨਿਆਰੀ ਵਾਲਾ ਸਮਾਨ ਲਿਆ ਆ ਪਿੱਛੇ ਪਿਆ ਸਾਰਾ ਡੈਪਰ ਡੂਪਰ ਪਏ ਆ ਥੋੜ੍ਹਾ ਕੁ ਹੋਰ ਕੰਗੀ ਸ਼ੰਕੀ ਲਿਆ ਡਿਊਡਰੈਂਟ ਲਏ ਆ ਥੋੜ੍ਹੇ ਕੁ ਇੱਕ ਡਿਊਡਰੈਂਟ ਰਹਿ ਗਿਆ ਹਲੇ ਹੋਰ ਲੈਣਾ ਹਲੇ ਲੈ ਕੇ ਆਉਂਦਾ ਕੋਈ ਨਾ ਮੈਂ ਬਾਕੀ ਆਪਾਂ ਹੁਣ ਜਾਣਾ ਬਾਜ਼ਾਰ ਦੇ ਵਿੱਚ ਬਾਜ਼ਾਰ 'ਚ ਜਾ ਕੇ ਆਪਾਂ ਨੇ ਚੱਕਣੇ ਆ ਭਾਈ ਪੈਟੀਆਂ ਪੈਟੀਆਂ ਚੱਕਣ ਤੋਂ ਬਾਅਦ ਆਪਾਂ ਨੇ ਥੋੜ੍ਹਾ ਕਰਿਆਨੇ ਦਾ ਸਮਾਨ ਲੈਣਾ ਫਿਰ ਉਹ ਤੋਂ ਬਾਅਦ ਪੇਮੈਂਟ ਜਮ੍ਹਾਂ ਕਰਵਾ ਕੇ ਆਪਾਂ ਚੱਲਦੇ ਹਾਂ ਘਰ ਨੂੰ ਬਸ ਫਿਰ ਆਪਾਂ ਨੇ ਭਾਈ ਸਮਾਨ ਲੈ ਲਿਆ ਸਾਰਾ ਡੈਨਵਰ ਪਰਫਿਊਮ ਰਹਿ ਗਿਆ ਤਾਂ ਲੈਣ ਤੋਂ ਅਤੇ ਹੁਣ ਆਪਾਂ ਬਸ ਚੱਲਦੇ ਹਾਂ ਇਹਨੂੰ ਪਿੱਛੇ ਛੱਡ ਦਿੰਦੇ ਆਪਾਂ ਚੱਲਦੇ ਹਾਂ ਫਿਰ ਜਾ ਕੇ ਪੈਟੀਆਂ ਲਈਏ ਫਿਰ ਚੱਲ ਵੀ ਲਓ ਵੀ ਮੁੰਡੇ ਛੁੰਡੇ ਚਾਈ ਜਾਂਦੇ ਆ ਰੇਹੜੀਆਂ ਲੈ ਕੇ ਆਪਣੀਆਂ ਸ਼ਾਮ ਦੀ ਤਿਆਰੀ ਕਰ ਰਹੇ ਆ ਲਓ ਭਾਈ ਮਨੀ ਬੇਕਰੀ ਤੋਂ ਆਪਾਂ ਚੱਕ ਕੇ ਆਪਣੇ ਪੈਟੀਆਂ ਲੈ ਆਏ ਇਹਨੂੰ ਡਬਲ ਕੱਠ ਮਾਰਦੇ ਇਹਨੂੰ ਪਿੱਛੇ ਰੱਖ ਦੇ ਬਾਕੀ ਹੁਣ ਚੱਲਦੇ ਆ ਬਾਜ਼ਾਰ ਦੇ ਵਿੱਚ ਜਾ ਕੇ ਦੇਖਦੇ ਆ ਹੋਰ ਸਮਾਨ ਲੈਂਦੇ ਆ ਆਪਾਂ ਟ੍ਰੈਫਿਕ ਜਾਮ ਹੋ ਗਿਆ ਪਿੱਛੇ ਗੱਡੀ ਆ ਰਹੀ ਹੈ
ਇਹ ਵਾਲੇ ਬਾਈਕ ਕੋਲ ਤੇ ਆਪਾਂ ਨੇ ਸਬਜ਼ੀਆਂ ਲਈਆਂ, ਆਹ ਰੱਖ ਲਈਆਂ ਆਪਾਂ ਨੇ ਢੇਰ ਲਾ ਤਾ, ਥੋੜੇ ਕੁ ਫਲ ਲਏ ਆ, ਅੰਬੀਆਂ ਲਈਆਂ, ਅੰਬੀਆਂ ਖਾਵਾਂਗੇ ਘਰ ਜਾ ਕੇ। ਬਸ ਹੁਣ ਆਪਾਂ ਸਬਜ਼ੀਆਂ ਲੈਣੀਆਂ, ਇੱਕ ਪਾਸਤੇ ਵਾਸਤੇ ਸਬਜ਼ੀਆਂ ਲਈਆਂ, ਪਰ ਜੇ ਪਾਸਤਾ ਬਣਾਉਂਗੇ, ਗਾਜਰ ਲੈਣੀ ਸੀ, ਗਾਜਰ ਮਿਲੀ ਨਹੀਂ ਹੈਗੀ ਇਹਨਾਂ ਕੋਲ, ਦੇਖਦੇ ਹਾਂ ਕਿ ਰਸਤੇ 'ਚ ਮਿਲ ਜਾਵੇ ਆਪਾਂ ਨੂੰ। ਬਾਕੀ ਹੁਣ ਚੱਲਦੇ ਹਾਂ ਆਪਾਂ ਬਾਜ਼ਾਰ ਦੇ ਵਿੱਚ ਜਾ ਕੇ ਸਮਾਨ ਚੱਕੀਏ, ਕਰਿਆਨਾ ਚੱਕੀਏ, ਮਿਲਦੇ ਹਾਂ ਫਿਰ ਆਪਾਂ। ਲਓ ਜੀ ਆਪਾਂ ਹੁਣ ਚਮਕੌਰ ਸਾਹਿਬ ਆ ਗਏ ਅਤੇ ਆਪਾਂ ਨੇ ਹੁਣ ਸਾਰਾ ਸਮਾਨ ਲੈ ਲਿਆ ਆਪਣਾ, ਕਰਿਆਨਾ, ਠੀਕ ਹੈ, ਆਪਾਂ ਨੇ ਪੇਮੈਂਟ ਵੀ ਕਰਤੀ ਹੈ। ਬਾਕੀ ਜਿਹੜਾ ਸਮਾਨ ਲਿਆ ਆਪਣੇ ਪਿੱਛੇ ਢੇਰ ਲੱਗਿਆ ਪਿਆ, ਲੈ ਲਾ ਆਪਾਂ ਵਿਖਾ ਸਕਦੇ ਹਾਂ, ਡਿੱਗੀ ਦੇ ਵਿੱਚ ਵੀ ਹੈਗਾ ਆਟਾ ਉੱਟਾ ਲਿਆ, ਹੋਰ 3-4 ਚੀਜ਼ਾਂ ਲਈਆਂ। ਬਾਕੀ ਹੁਣ ਚੱਲਦੇ ਹਾਂ ਘਰ ਨੂੰ, ਜਾ ਕੇ ਆਪਾਂ ਦੇਖਦੇ ਹਾਂ, ਲਾਉਂਦੇ ਹਾਂ ਸਮਾਨ, ਜਾ ਕੇ ਸੈੱਟ ਕਰਦੇ ਹਾਂ। ਆਪਾਂ ਆਪਣੇ ਹੁਣ ਪਿੰਡ ਪਹੁੰਚ ਗਏ, ਜਾ ਕੇ ਆਪਾਂ ਲਾਉਂਦੇ ਹਾਂ ਸਮਾਨ, ਕੱਢਦੇ ਹਾਂ, ਗਰਮੀ ਬਹੁਤ ਆ, ਪਿਆਸ ਲੱਗ ਗਈ ਬਹੁਤ ਜ਼ਿਆਦਾ, ਰਾਸਤੇ ਦੇ ਵਿੱਚ ਕੋਈ ਅਜੇ ਸ਼ਬੀਲ ਵੀ ਨਹੀਂ ਲੱਗੀ ਹੋਈ। ਬਾਕੀ ਚੱਲਦੇ ਹਾਂ, ਮੈਨੂੰ ਲੱਗਦਾ ਗਏ ਖੜੀ ਆ ਭਾਈ ਅੱਜ ਫੇਰ, ਉਹ ਦੇਖੋ ਖੜੀ ਆ। ਬਸ ਪਹੁੰਚ ਗਏ ਆਪਾਂ, ਜਾ ਕੇ ਕਰਦੇ ਹਾਂ ਆਪਾਂ ਆਪਣਾ ਪਾਣੀ ਪੀਤੇ ਆ ਪਹਿਲਾਂ। ਮੈਂ ਸਮਾਨ ਕੱਢ ਰਿਹਾ ਤਾ, ਮੁੰਡੇ ਕੱਢਣ ਲੱਗੇ ਤੇ ਨਾਲ, ਮੈਂ ਥੈਲਾ ਚੱਕਿਆ ਤਾ, ਚੱਕਦੇ ਚੱਕਦੇ ਕਿਆ ਹੋਇਆ, ਥੈਲਾ ਇੱਥੇ ਫਸ ਗਿਆ, ਨਾਲ ਤਾਂ ਸਾਰਾ ਸਮਾਨ ਖੜਾ ਤਾ, ਇੱਥੋਂ ਡੱਬਾ ਪਿਆ ਤਾ, ਡੱਬਾ ਥੱਲੇ ਗਿਰ ਗਿਆ, ਹੁਣ ਸਾਰਾ ਮੈਨੂੰ ਇਹ ਚੱਕਣਾ ਪੈਣਾ, ਮੈਨੂੰ ਬੋਲਣ ਲੱਗੇ ਹੋਏ ਸਾਰਿਆਂ ਨੇ, ਕੱਢਦੇ ਹਾਂ ਕੋਈ ਨਾ, ਚਲੋ ਸਾਫ਼ ਸਫਾਈ ਵੀ ਹੋ ਜਾਵੇ, ਕਰਦਾ ਹੀ ਕਰਦਾ ਭਰਿਆ ਇੱਥੇ, ਕਰ ਲਈਏ ਚਲੋ। ਲਓ ਭਾਈ ਚਮਕੌਰ ਸਾਹਿਬ ਤੋਂ ਆਏ ਤੇ ਆਪਾਂ ਹੁਣ ਆਹ ਸਮਾਨ ਆਪਣੇ ਕੋਲ ਆਇਆ, ਇਹ ਆਪਣਾ ਪਹਿਲਾਂ ਵਾਲਾ ਪੈਂਡਿੰਗ ਸਮਾਨ ਤਾਂ ਥੋੜ੍ਹਾ ਥੋੜ੍ਹਾ ਰਹਿ ਗਿਆ, ਤਾਂ ਜਿਹੜਾ ਹੁਣ ਆਪਣਾ ਫਾਈਨਲ ਆ ਪਰਚੀ, ਅਤੇ ਬਾਕੀ ਆਪਣੇ ਸਮਾਨ ਚੱਕ ਕੇ ਲਗਾ ਰਿਹਾ ਮੁੰਡਾ, ਤੇਲ ਦੀ ਪੇਟੀ, ਚੌਲਾਂ ਦਾ ਥੱਲਾ ਆ ਗਿਆ, ਬਾਕੀ ਮੈਗੀ ਦਾ ਪੇਟੀ ਉਹ ਪਈ ਆ, ਇਹ ਚੱਕ ਕੇ ਆਪਣੀ ਉੱਥੇ ਲੱਗੂਗੀ, ਇਹ ਵੀ ਦਿਖਾਉਂਦਾ ਮੈਂ, ਚੱਕ ਵੀ ਲਿਆਓ ਪੇਟੀ, ਲਾਓ ਮੈਗੀ ਗਣ ਕੇ, ਪਰਨਾ ਨਹੀਂ ਬਣ ਗਿਆ ਇਹ ਭਾਈ, ਪਰਨਾ ਨਹੀਂ ਬਣ ਗਿਆ ਇਹ, ਸਿਰ ਨਾ ਗਿਆ ਤਾਂ ਪਤਾ ਨਹੀਂ ਕਿਆ ਕਰਦੇ ਨੇ ਅੱਜ ਕੱਲ੍ਹ ਦੇ, ਬੱਚੇ ਨਾ ਕੇ ਹਟਿਆ ਮੁੰਡੇ, ਨਾਲੇ ਆਪਣਾ ਸਮਾਨ ਆ ਗਿਆ ਤਾ, ਤੇਲ ਆ ਗਿਆ ਤਾ, ਘੀ ਆ ਗਿਆ, ਠੀਕ ਆ, ਚੌਲ ਚੂਲ ਆ ਗਏ ਤੇ ਚੌਲ ਆਪਾਂ ਨੇ ਛੋਟੇ ਭਾਈ ਨੇ ਆਪਣੇ ਥੈਲੇ ਇਹਦੇ ਵਿੱਚ ਪਾ ਤੇ, ਪੈਟੀਆਂ ਆਪਣੀਆਂ ਆਈਆਂ ਵੀ ਆ, ਲੱਗ ਰਹੀਆਂ ਆ ਪੂਰੀ, ਉਹ ਭਰੀ ਹੋਈ ਅੱਜ ਜ਼ਿਆਦਾ ਲੈ ਕੇ ਆਇਆ ਤਾਂ ਲੱਗ ਲਈਆਂ, ਬਾਕੀ ਕੋਲਡ ਡਰਿੰਕ ਵੀ ਲੈ ਕੇ ਆਇਆ ਤਾ ਥੋੜ੍ਹਾ ਕੁ, ਠੀਕ ਆ, ਇਹ ਵਾਲਾ ਲੈ ਕੇ ਆਇਆ ਤਾ ਮੈਂ, ਇਹ ਵੀ ਲੱਗ ਗਿਆ ਆਪਣਾ, ਅੱਜ ਆਪਣੇ ਇਹ ਵਾਲਾ ਸਟੈਂਡ ਬਾਹਰ ਨਹੀਂ ਰੱਖਿਆ ਹੈਗਾ, ਕਿਉਂਕਿ ਲੋਟ ਮਹਿਸੂਸ ਨਹੀਂ ਹੋਈ, ਤਾਰ ਕੇ ਰੱਖਿਆ ਨਹੀਂ ਹੈਗਾ, ਕਿਉਂਕਿ ਚੱਕਣ ਵੀ ਤਾਂ ਆਪਾਂ ਨੂੰ ਪੈਣਾ, ਗਾਲਾਂ ਤਾਂ ਅਸਰ ਨਾ ਹੋ ਹੀ ਜਾਂਦਾ, ਦੇਖ ਲਾ ਮੁੰਡਾ ਪਰਨਾ ਬੰਨ ਕੇ ਆ ਗਿਆ, ਪੱਗ ਪੱਗੇ ਬੰਨਿਆ ਹੋਇਆ, ਦੇਖ ਲਾ ਬਾਹਰ ਅੱਜ ਬੱਦਲਵਾਈ ਹੋਈ ਹੋਈ ਆ, ਅਤੇ ਮੌਸਮ ਇੱਦਾਂ ਹੋਇਆ ਪਿਆ ਵੀ ਜਿੱਦਾਂ ਹੁਣੀ ਮੀਂਹ ਪੈ ਜਾਣਾ, ਉੱਦਾਂ ਵੈਸੇ ਗਰਮੀ ਤੀ ਪਹਿਲਾਂ ਦਿਨ ਦੇ ਵਿੱਚ, ਅਤੇ ਹੁਣ ਥੋੜ੍ਹਾ ਠੰਡਾ ਹੋ ਗਿਆ ਮੌਸਮ, ਆਪਣੇ ਦਿੱਕਤ ਕਿਆ ਨਾ ਆਪਣੇ, ਦੇਖੋ ਆਹ ਦੇਖੋ ਹੌਲੀ ਚੱਲਦਾ ਬਹੁਤ ਜ਼ਿਆਦਾ, ਤਾਂ ਕਰਕੇ ਪੱਖੇ ਦੇ ਨਾਲ ਕੂਲਰ ਵੀ ਚਲਾ ਕੇ ਰੱਖਣਾ ਪੈਂਦਾ ਜੀ, ਤਾਂ ਕਿ ਆਪਣਾ ਕੰਮ ਸਰ ਸਕੇ, ਇਹ ਚੱਕਰ ਪੈ ਜਾਂਦਾ ਜੀ ਆਪਾਂ ਨੂੰ ਦੁਕਾਨ ਦੇ ਵਿੱਚ, ਆਪਾਂ ਨੂੰ ਸਾਰਾ ਕੁਛ ਚਲਾ ਕੇ ਰੱਖਣਾ ਪੈਂਦਾ। ਸਾਹਮਣੇ ਆਪਣੀ ਪੈਡੀਆਂ ਪਈਆਂ ਜੇ ਵੀ ਵਿਕ ਰਹੀਆਂ, ਪੋਲਾ ਆਹ ਭੂਖਣਾ ਬਚਪਨ 'ਚ ਖਾਏ ਕਰਦੇ ਤੇ, ਕਮੈਂਟ 'ਚ ਕਰਕੇ ਦੱਸਿਓ ਵੀ ਕਿਹਨੇ ਕਿਹਨੇ ਖਾਧਾ ਇਹ ਬਚਪਨ ਦੇ ਵਿੱਚ। ਨਾਲੇ ਯਾਰ ਇੱਕ ਗੱਲ ਹੋਰ ਕਹਿਣੀ ਸੀ, ਮੈਂ ਆਪਣੇ ਨਾ 500 ਸਬਸਕ੍ਰਾਈਬਰ ਪੂਰੇ ਹੋਣੇ ਵਾਲੇ ਆ, ਅਤੇ ਸਾਰਿਆਂ ਨੂੰ ਰਿਕੁਐਸਟ ਹੈ ਵੀ ਜਿਨ੍ਹਾਂ ਨੇ ਸਬਸਕ੍ਰਾਈਬਰ ਨਹੀਂ ਕਰਿਆ ਹੋਇਆ ਉਹ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਕਿ ਆਪਣਾ ਜਿਹੜਾ 500 ਦਾ ਟਾਰਗੇਟ ਆ ਉਹ ਘੱਟੋ ਘੱਟ ਪੂਰਾ ਹੋ ਜਾਵੇ, ਅਤੇ ਉਹਦੇ ਬਾਅਦ ਆਪਾਂ ਹੌਲੀ ਹੌਲੀ ਇੱਦਾਂ ਹੀ ਮੰਜ਼ਿਲਾਂ ਵੱਲ ਨੂੰ ਵੱਧਦੇ ਜਾਣਾ ਹੈ। ਮੌਸਮ ਨਾ ਖਤਰਨਾਕ ਹੋ ਰਿਹਾ, ਮੈਂ ਤੁਹਾਨੂੰ ਚੀਜ਼ ਦਿਖਾਉਂਦਾ, ਧਿਆਨ ਨਾਲ ਦੇਖਿਓ, ਦਿਖ ਰਿਹਾ ਸ਼ੀਸ਼ੇ ਦੇ ਵਿੱਚ ਉੱਪਰਲੀ ਸਾਈਡ ਘਰ ਦੇ ਉੱਪਰ ਕਿਆ ਹੈ, ਕਾਲਾ ਕਾਲਾ ਬੱਦਲ, ਮੈਂ ਤੁਹਾਨੂੰ ਦਿਖਾਉਂਦਾ, ਇੱਧਰ ਦੇਖੋ ਬੱਦਲ, ਇੱਧਰ ਤੋਂ ਸਟਾਰਟ ਹੋ ਕੇ ਇੱਧਰ ਪੂਰਾ ਕਾਲਾ ਬੱਦਲ ਆਇਆ ਹੋਇਆ, ਮੈਨੂੰ ਲੱਗਦਾ ਘੰਟੇ ਤੋਂ ਘੰਟੇ ਤੱਕ ਇੱਧਰ ਆਪਣੇ ਮੀਂਹ ਆ ਜਾਣਾ ਭਾਈ। ਇਹ ਭਾਈ ਜਿੰਮ ਚੱਲੇ ਆ, ਘਰ ਦੇ ਬਣਾਏ ਹੋਏ ਡੰਬਲ ਆ ਇਹ, ਤੋੜਨਾ ਦੇਵੇ ਇਹਦੀ ਹੱਡੀਆਂ ਹੁੱਡੀਆਂ, ਚੱਲਿਆ ਜਿੰਮ ਭਾਈ ਲੈ, ਕੋ ਸਾਹਿਬ ਹੋ ਗਏ ਮੂਹਰੇ, ਉਹਨੇ ਹੱਡੀ ਦੜਾ ਕੇ ਆਉਣਾ ਦੇਖੀ ਅੱਜ ਪੱਕਾ, ਹੈ ਠੀਕ ਨਹੀਂ ਕਰਾਂਗੇ, ਠੀਕ ਨਹੀਂ ਕਰਾਂਗੇ, ਤੇਰੀ ਕਾਹਦੇ ਅੱਗੇ ਘੁੱਟ ਗਈ ਕਿਉਂ, ਬੱਦਲ ਦੇਖੋ ਕਿੰਨੇ ਘੈਂਟ ਦੱਸਦੇ ਉੱਪਰ, ਲੋਕ ਫਟਾਫਟ ਭੱਜੇ ਜਾ ਰਹੇ ਕਿਉਂਕਿ ਮੌਸਮ ਖਰਾਬ ਹੋ ਚੱਲਿਆ, ਲਗਭਗ ਟਾਈਮ ਹੋਇਆ 6 ਦਾ, ਲਾਈਟ ਬਲ ਗਈ, ਦੇਖ ਲੈ ਹਨੇਰਾ ਹੋਇਆ ਹੋਇਆ, ਅੰਦਰ ਵੀ ਸਾਰੀ ਲਾਈਟਾਂ ਬਾਲਤੀਆਂ ਆਪਾਂ ਨੇ। ਮੁੰਡਾ ਦੇਖੋ ਅੱਜ ਕੌਣ ਆਇਆ, ਅਰਸ਼ ਪੁੱਤਰ, ਬੜੇ ਦਿਨਾਂ ਬਾਅਦ ਆਇਆ, ਥੱਲੇ ਗਿਰ ਗਿਆ, ਲੈ ਭਾਈ ਚੱਕਤਾ, ਹੋਰ ਦੱਸ ਕੇ ਲੈਣਾ ਆਹ 5 ਰੁਪਏ ਦਾ, ਹਾਂ ਦੋ ਲੈਣੇ, ਦੇ ਦਿੰਦਾ ਗਈ ਆ, ਬਿਜਲੀ ਲਸਕਦੀ ਲਸਕਦੀ ਇੱਦਾਂ ਐਂ ਜਾਂ ਥੱਲੇ ਨੂੰ, ਕੈਮਰਾ ਬਾਂਸੀ ਨਹੀਂ ਤਾਂ ਮੈਂ ਦਿਖਾਉਂਦਾ, ਇੱਦਾਂ ਲੱਗਦਾ ਜਿਵੇਂ ਗਿਰੀ ਹੈ ਕਿਤੇ, ਉਹ ਸਾਹਮਣੇ ਨਾ ਇੱਦਾਂ ਲੱਗਦਾ ਜਿੱਦਾਂ ਮੀਂਹ ਥੱਲੇ ਨੂੰ ਆ ਰਿਹਾ, ਇਹ ਆ ਦੇਖੋ ਇਹ ਇੱਥੇ ਇੱਦਾਂ ਦਾ ਗਿਰ ਰਿਹਾ,
ਉਹ ਦੇਖੋ ਸਾਹਮਣੇ ਕਿਆ ਬੱਦਲ ਬਣਿਆ ਹਜੇ ਤਾਂ ਇੱਦਾਂ ਲੱਗਦਾ ਜਿੱਦਾਂ ਕੋਈ ਇੱਧਰ ਤੇ ਕੋਈ ਪੁਸ਼ ਕਰ ਰਿਹਾ ਬੱਦਲ ਨੂੰ ਉਹ ਵੀ ਮੀਂਹ ਨੇ ਭਾਜਣਾ ਪਵਾਤੀਆਂ ਹੌਲੀ ਹੌਲੀ ਤੇਜ਼ ਹੋ ਗਿਆ ਜਿਹੜਾ ਮੈਂ ਕਹਿ ਰਹੀ ਸੀ ਸਾਹਮਣੇ ਮੀਂਹ ਪੈ ਰਿਹਾ ਹੁਣ ਇੱਧਰ ਤੱਕ ਪਹੁੰਚ ਗਿਆ ਆਪਣੇ ਉਹ ਸਾਹਮਣੇ ਨਾ ਮੈਂ ਦਿਖਾਉਂਦਾ ਇੱਕ ਮਿੰਟ ਜ਼ੂਮ ਕਰਕੇ ਦਿਖਾਉਂਦੇ ਆਪਾਂ ਆਹ ਸਾਹਮਣੇ ਬਹੁਤ ਧੁੰਦਲਾ ਹੋ ਗਿਆ ਇੱਧਰ ਮਤਲਬ ਇਹ ਆ ਵੀ ਦੂਰ ਰਹੇ ਇਹਦਾ ਮਤਲਬ ਇਹ ਹੋ ਗਿਆ ਵੀ ਉੱਥੇ ਮੀਂਹ ਪੈ ਰਿਹਾ ਤੇਜ਼ ਭਜਾ ਤੇ ਮੁੰਡੇ ਦੇਖ ਲੈ ਘਰ ਨੂੰ ਤੇਜ਼ੇ ਦੇਖ ਲਾ ਮੇਰਾ ਗੋਲੀ ਹੋ ਗਿਆ ਮੁੰਡਾ ਲੈ ਵੀ ਇਹ ਵੀ ਚੱਲਿਆ ਮੁੰਡੇ ਸਾਰੇ ਗੋਲੀ ਹੋ ਗਿਆ ਮੀਂਹ ਹੋ ਗਿਆ ਨਾ ਤੇਜ਼ ਹੁਣ ਲੈ ਭਾਈ ਆਪਾਂ ਨੇ ਹੁਣ ਕਿਆ ਕਰਨਾ ਹੈ ਜਿਹੜਾ ਆਹ ਬੋਕਸ ਪਿਆ ਨਾ ਚੱਕ ਕੇ ਕੁਰਕਰੇ ਵਾਲਾ ਇਹ ਚੱਕ ਕੇ ਭੰਦ ਰੱਖਦਾ ਕਿਉਂਕਿ ਇਹ ਉੜਨਾ ਹੀ ਆਵੇ ਜੇ ਉੜ ਗਿਆ ਇਹਨੇ ਇੱਥੇ ਗਿਰ ਜਾਣਾ ਸਾਰਾ ਖੜ ਜਾਣਾ ਮਾਲ ਆਪਣਾ ਨੁਕਸਾਨ ਹੋ ਜਾਣਾ ਬਹੁਤ ਬੜਾ ਚੱਕ ਵਿੰਡੀ ਚੱਕ ਦੇ ਇਹਨੂੰ ਫੱਟੇ ਪਹਿਲਾਂ ਪੱਥਰ ਕੱਢਦਾ ਥੱਲੇ ਤੇ ਥੱਲੇ ਰੱਖ ਲਾ ਇੱਥੇ ਸਾਈਡ ਤੇ ਲਾ ਦੇ ਹਾਂ ਛਾਬਾ ਇਹ ਮੁੰਡੇ ਸਾਡੇ ਕੰਮ ਬਹੁਤ ਸਾਰ ਰਹੇ ਅਸੀਂ ਰਿਸ਼ਤੇਦਾਰ ਨੂੰ ਰਿਸ਼ਤੇਦਾਰ ਨਹੀਂ ਸਮਝਦੇ ਵਾਹ ਕਿੱਥੇ ਆ ਗਿਆ ਓ ਭਾਈ ਸਾਹਿਬ ਇਹ ਕਿੱਥੇ ਤੇ ਆ ਗਿਆ ਇੱਥੇ ਜਾ ਇੱਥੇ ਜਾ ਉਹ ਪਾਈਆ ਕਿਹਦਾ ਆ ਗਿਆ ਕੁੱਤਾ ਚੱਲ ਬਾਈ ਤੂੰ ਚੱਕ ਕੇ ਉਹ ਰੱਖ ਦੇ ਅੰਦਰ ਓਏ ਬਾਇਆ ਬਾਇਆ ਇੱਥੇ ਬਾਇਆ ਉਹ ਭਾਈ ਮੈਨੂੰ ਲੱਗਦਾ ਕੁੱਤੀ ਨੇ ਡਰਾਤਾ ਚੱਲ ਭੱਜ ਇੱਥੇ ਦੇ ਬਾਇਆ ਬਾਇਆ ਇੱਥੇ ਜਾ ਇੱਥੇ ਜਾ ਇੱਥੇ ਬਾਇਆ 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 ਡਰ ਗਿਆ ਕੁੱਤਾ ਭਾਈ ਡਰਿਆ ਹੋਇਆ ਬਾਕੀ ਮੌਸਮ ਦੇਖੋ ਕਿਆ ਬਣ ਗਿਆ ਹੁਣ ਚੱਕ ਤਾਂ ਭਾਈ ਇਹਨਾਂ ਮੁੰਡੇ ਨੇ ਬਸ ਕੁੱਤਾ ਉਹੀ ਹੈ ਜਿਹੜਾ ਤੇਜ਼ੇ ਨੇ ਫੜਿਆ ਤਾ ਸ਼ਾਮ ਨੂੰ ਆਏ ਨਹੀਂ ਤਾਂ ਆਪਾਂ ਇੱਥੇ ਬਾਕੀ ਮੌਸਮ ਦੇਖ ਲਓ ਕਿਆ ਬਣ ਗਿਆ ਮੀਂਹ ਪੈ ਗਿਆ ਠੰਡਾ ਹੋ ਗਿਆ ਚਿਲਡ ਪੂਰਾ ਮੌਸਮ ਬਾਕੀ ਸਾਡੇ ਅਰਸ਼ ਪੁੱਤਰ ਆ ਰਹੇ ਅਰਸ਼ ਪੁੱਤਰ ਕਰਦੇ ਇਹਦੇ ਨਾਲ ਵੀ ਗੱਲ ਵਿਚਾਰ ਪੁੱਛਦੇ ਹਾਂ ਮੌਸਮ ਬਾਰੇ ਕਿਆ ਕਹਿੰਦਾ ਮਾੜਾ ਮੋਟਾ ਮੀਂਹ ਪੈ ਗਿਆ ਅਤੇ ਹੁਣ ਮੌਸਮ ਹੋ ਗਿਆ ਠੰਡਾ ਨਿਆਣੇ ਬਾਹਰ ਬੈਠੇ ਆ ਨਿਆਰੇ ਮਾਰ ਰਹੇ ਮੁੰਡਾ ਮਾਸੀ ਦਾ ਨਾਲ ਪੀਂਦਾ ਸਾਹ ਮੌਸਮ ਇਹਦਾ ਸਹੀ ਬਣ ਗਿਆ ਹਵਾ ਚੱਲ ਰਹੀ ਹੈ ਠੰਡੀ ਬਾਹਰ ਬਾਕੀ ਆਪਣਾ ਸਮਾਨ ਤਾਂ ਸਾਰਾ ਚੱਕ ਰੱਖ ਲਿਆ ਇਹੀ ਜਾ ਕੇ ਕਾਊਂਟਰ ਪਿੱਛੇ ਨੂੰ ਕਰਨਾ ਪੈਟੀਆਂ ਹੈਗੀ ਥੋੜ੍ਹੀਆਂ ਇਹ ਆਪਾਂ ਕੱਲ੍ਹ ਹੋਰ ਲਿਆਉਂਗੇ ਅਤੇ ਇਹ ਵੀ ਉਹਦੇ ਵਿੱਚ ਲੱਗਣਗੀਆਂ ਫਿਰ ਅਤੇ ਇੱਕ ਸਾਰਿਆਂ ਨੂੰ ਛੋਟੀ ਜਿਹੀ ਬੇਨਤੀ ਹੈ ਕਿ ਆਪਣੇ ਸਬਸਕ੍ਰਾਈਬਰ 500 ਹੋਣੇ ਵਾਲੇ ਆ ਸਾਰੇ ਜਾਣੇ ਸਬਸਕ੍ਰਾਈਬ ਜ਼ਰੂਰ ਕਰੋ ਜਿਹੜੇ ਜਿਹਨਾਂ ਦੇ ਵੀ ਰਹਿੰਦੇ ਆ ਬੰਦੇ ਕਰਨ 'ਤੇ ਪਲੀਜ਼ ਸ਼ੇਅਰ ਕਰੋ ਤਾਂ ਕਿ ਆਪਣੇ ਫਟਾਫਟ 500 ਹੋ ਜਾਣਾ ਤਾਂ ਕਿ ਆਪਾਂ ਹੋਰ ਮੋਟੀਵੇਟ ਹੋ ਕੇ ਨਾ ਤਾਂ ਵਧੀਆ ਢੰਗ ਨਾਲ ਹੋਰ ਵੀਡੀਓ ਪਾ ਸਕੀਏ ਹੋਰ ਸ਼ਾਰਟ ਤੁਹਾਨੂੰ ਦਿਖਾ ਸਕੀਏ ਆਪਾਂ ਸਿਨੇਮੈਟਿਕ ਪਾ ਕੇ ਹੈ ਨਾ ਹਾਂਜੀ ਆਪਣੇ 500 ਸਬਸਕ੍ਰਾਈਬਰ ਪੂਰੇ ਹੋਣੇ ਵਾਲੇ ਆ ਬਸ ਸਾਰਿਆਂ ਨੂੰ ਇਹੀ ਬੇਨਤੀ ਹੈ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਹੋਇਆ 70% ਲੋਕਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਵੀਡੀਓ ਦੇਖਦੇ ਆ ਦੇਖ ਕੇ ਚਲੇ ਜਾਂਦੇ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਸਬਸਕ੍ਰਾਈਬ ਕਰੋ ਯਾਰ ਆਪਾਂ ਚਾਹੁੰਦੇ ਹਾਂ ਵੀ ਆਪਣੇ 500 ਸਬਸਕ੍ਰਾਈਬਰ ਛੇਤੀ ਛੇਤੀ ਪੂਰੇ ਹੋ ਜਾਵੇ ਅਤੇ ਜੇ 500 ਦੇ ਆਪਣੇ ਸਬਸਕ੍ਰਾਈਬਰ ਪੂਰੇ ਹੋ ਗਏ ਤਾਂ ਆਪਾਂ ਕੇਕ ਕੱਟਾਂਗੇ ਉਹਦੀ ਆਪਾਂ ਸ਼ਾਰਟ ਵੀਡੀਓ ਵੀ ਬਣਾਵਾਂਗੇ ਸ਼ਾਰਟ ਵੀ ਪਾਵਾਂਗੇ ਅਤੇ ਆਪਾਂ ਪ੍ਰੋਪਰ ਵਲੌਗ ਵੀ ਬਣਾਵਾਂਗੇ ਉਹਦੇ ਵਿੱਚ ਠੀਕ ਹੈ ਤਾਂ ਪਲੀਜ਼ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਸਾਰੇ ਜਾਣੇ ਸਬਸਕ੍ਰਾਈਬ ਕਰੋ 500 ਸਬਸਕ੍ਰਾਈਬਰ ਆਪਾਂ ਪੂਰੇ ਕਰੀਏ ਛੇਤੀ ਤੋਂ ਛੇਤੀ ਬਾਕੀ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਕੁਛ ਹੈ ਫਿਰ ਆਪਾਂ ਮਿਲਦੇ ਹਾਂ ਕੱਲ੍ਹ ਦੇ ਵਲੌਗ ਦੇ ਵਿੱਚ ਹੋਰ ਨਵੀਂ ਸਟੋਰੀ ਦੇ ਨਾਲ ਰੱਬ ਰੱਖਾ